ਕੀ ਹਾਲ ਚਾਲ ਮਤ ਕੀ ਕਿਵੇਂ ਇਹ ਵੈਸੇ ਸਾਲ ਵਿੱਚ ਮੁੰਡਾ ਇੱਕ ਵਾਰੀ ਆਉਂਦਾ ਗੁਰਦੁਆਰੇ ਇਧਰ ਵਿਖਾਓ ਨੂੰ ਕਿਵੇਂ ਹੈਂ ਨਹੀਂ ਅੱਜ ਫਸਟ ਦਿਨ ਅੱਜ ਫਸਟ ਦਿਨ ਸਕੂਲ ਵੀ ਘੱਟ ਹੀ ਜਾਂਦਾ ਹੋਜੀ ਮਾਲੀ ਸਾਹਿਬ ਪੱਕੇ ਆ ਹਾਂਜੀ ਸਰਦਾਰ ਜੀ ਵਧੀਆ ਵਧੀਆ ਕਹਿਮ ਆ ਗਏ ਅੱਜ ਇਹ ਸੇਵਾਦਾਰ ਭਈਆ ਪੱਕੇ ਸੇਵਾਦਾਰ ਆ ਹਰ ਸਾਲ ਆਉਂਦੇ ਮੁੰਡੇ ਹੈ ਪਰ ਆਉਂਦੇ ਇੱਕ ਮਹੀਨਾ ਹੀ ਆ ਮਾਘ ਮਾਘ ਬਸ ਮਾਘ ਹੀ ਆਉਂਦੇ ਆ ਤੇ ਪਿੰਦਰ ਐਤਕੀ ਕਹਿੰਦਾ ਬਈ ਗੈਸ ਤੇ ਚਾਹ ਨਹੀਂ ਬਣਾਉਣੀ ਚਾਹ ਟੇਸਟੀ ਨਹੀਂ ਬਣਦੀ ਤੇ ਨਾਲੇ ਹੁਣ ਇੰਨੇ ਬੰਦੇ ਅੱਗ ਸੇਕਦੇ ਆ ਤੇ ਨਾਲੇ ਚਾਹ ਵੀ ਇੱਕ ਨੰਬਰ ਬਣਦੀ ਆ ਕੋਈ ਨੀ ਦਿਖਾਵਾਂ ਤੁਹਾਨੂੰ ਚਾਹ ਬਣਦੀ ਪਈ ਹੈ ਜੋ ਐਸ ਵਾਲੀ ਚਾਹ ਹੁੰਦੀ ਹੈ ਨਾ ਉਹਦਾ ਟੇਸਟ ਦਾ ਫਰਕ ਹੁੰਦਾ ਠੀਕ ਹੈ ਨਾ ਹਾਂ ਉਹ ਚੀਜ਼ ਇੱਕ ਨੰਬਰ ਹੁੰਦੀ ਆ ਅੱਗ ਅੱਗ ਹੀ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਤੇ ਮੌਸਮ ਅੱਜ ਪੂਰੇ ਬੱਦਲ ਹੋਏ ਆ ਥੋੜ੍ਹਾ ਜਿਹਾ ਰਾਤ ਮੀਂਹ ਪਿਆ ਸੀ ਆਪਣੇ ਕਿਣਮਨ ਜੀ ਜ਼ਿਆਦਾ ਤਾਂ ਨਹੀਂ ਮੀਂਹ ਪਿਆ ਇਹਦੇ ਨਾਲ ਵੈਸੇ ਹੁਣ ਕੋਹਰਾ ਘੱਟ ਗਿਆ ਅਤੇ ਅੱਜ ਠੰਡ ਥੋੜ੍ਹੀ ਜਿਹੀ ਘੱਟ ਆ ਅੱਜ 7-8 ਡਿਗਰੀ ਤਾਪਮਾਨ ਸੀਗਾ ਸੁਬਾਹ ਅਤੇ ਹੁਣ ਵੀ ਪੂਰੇ ਬੱਦਲ ਹੋਏ ਆ ਸੁਬਾਹ ਥੋੜ੍ਹਾ ਹੀ ਮੀਂਹ ਪਿਆ ਸੀਗਾ ਯਾਨੀ ਥਾਂ 'ਚ ਗਿੱਲੀ ਕੀਤੀ ਆ ਉਹ ਜ਼ਿਆਦਾ ਨਹੀਂ ਅਤੇ ਆਪਣੇ ਗੁਆਂਢ ਇੱਕ ਦੋ ਹੈਗੇ ਆ ਪ੍ਰੋਗਰਾਮ ਅਤੇ ਆਪਣਾ ਇੱਕ ਯਾਰ ਵਿਹਲੀ ਆ ਅਤੇ ਹੁਣੇ ਬਾਹਰੋਂ ਆਇਆ ਕਾਲੂ ਅਤੇ ਉਹਦਾ ਹੈਗਾ ਵਿਆਹ 23-24 ਤਰੀਕ ਦਾ ਅਤੇ ਉਹਨਾਂ ਦੇ ਵੀ ਜਾਣਾ ਅੱਜ ਕੜਾਹੀ ਚੜ੍ਹੀ ਆ ਅਤੇ ਆਪਾਂ ਚੱਲਦੇ ਹਾਂ ਥੋੜ੍ਹੇ ਟਾਈਮ ਤੱਕ ਰੋਟੀ ਪਾਣੀ ਆਪਾਂ ਖਾ ਲਿਆ ਅਤੇ ਇੱਕ ਗੁਆਂਢ ਹੋਰ ਆਪਣੇ ਸ਼੍ਰੀ ਅਖੰਡਪੁਰ ਸਾਹਿਬ ਪ੍ਰਕਾਸ਼ ਅੱਜ ਹੋਏ ਅਤੇ ਉਹਨਾਂ ਦੇ ਵੀ ਕੰਮ 'ਤੇ ਜਾਣਾ ਅਤੇ ਹੁਣ ਦੋ ਪ੍ਰੋਗਰਾਮ ਇਕੱਠੇ ਹੀ ਆ ਗਏ ਅਤੇ ਚਲੋ ਕਰਦੇ ਹਾਂ ਦੋਵਾਂ ਦੇ ਐਡਜਸਟਮੈਂਟ ਜਾਣਾ ਤਾਂ ਸਾਰਿਆਂ ਦੇ ਪੈਂਦਾ ਹਾਂਜੀ ਸਰ ਜੀ ਕੀ ਕਰਦੇ ਹਾਂ ਬਹੁਤ ਅਸੀਂ ਖੇਡੇ ਅੱਜ ਫਿਰ ਐ ਜਦੋਂ ਮੁੰਡਿਆਂ ਚ ਜਾਵਾਂਗੇ ਤਾਂ ਪੁਰਾਣੀਆਂ ਗੱਲਾਂ ਤਾਜ਼ੀਆਂ ਹੋਣਗੀਆਂ ਚੱਲ ਠੀਕ ਆ ਕਰੋ ਕੰਮ ਹੈ ਮਿਲਦੇ ਹਾਂ ਦਾਰਾ ਤਾਂ ਇੱਧਰ ਬਾਈ ਸਾਡੀ ਸੇਵਾ ਕਰਨ ਲੱਗ ਪਿਆ ਲੱਡੂ ਤਾਂ ਅਜੇ ਅਸੀਂ ਬੈਠੇ ਨੀ ਰੋਟੀ ਪਹਿਲਾਂ ਖਵਾਉਣ ਲੱਗ ਪਿਆ ਕਹਿੰਦਾ ਰਿਹਾ ਲੈ ਅੱਜ ਪੁਰਾਣੇ ਯਾਰ ਨਾਲ ਖਾਂਦੇ ਮਣੀ ਨਾਲ ਰੋਟੀ ਹੈ ਮਣੀ ਕਿੰਨੇ ਚਿਰ ਬਾਅਦ ਖਾਣ ਲੱਗੇ ਆਪਾਂ ਇਕੱਠੇ ਤਿੰਨ ਚਾਰ ਸਾਲ ਬੜੀਆਂ ਅਸੀਂ ਇਕੱਠਿਆਂ ਨੇ ਬਾਈ ਅੱਜ ਇਕੱਠੇ ਰੋਟੀ ਖਾਣ ਲੱਗੇ ਮੈਂ ਤੇ ਮਣੀ ਤੇ ਪੁਰਾਣੀਆਂ ਯਾਦਾਂ ਰੋਟੀਆਂ ਵਾਹ ਵਾਹ ਰੱਖ ਗਿਆ ਚਲੋ ਦਾਰੇ ਦਾ ਵਿਆਹ ਹੁਣ ਕਿਵੇਂ ਸ਼ਾਂਤੀ ਕਿੰਨਾ ਟਾਈਮ ਹੋ ਗਿਆ 2 ਵੱਜ ਗਏ 2:30 ਵੱਜ ਗਏ ਵੀ ਹੁਣ ਆਇਆ ਮੈਂ 10 ਵਜੇ ਦਾ ਗਿਆ ਸੀ 10:30 ਵਜੇ ਦਾ ਅਤੇ ਆਪਾਂ ਕੰਮ ਕਰਾ ਤਾ ਉਹਦੇ ਨਾਲੇ ਪੁਰਾਣੇ ਹੀ ਬੇਲੀ ਮਿੱਤਰਾਂ ਦੀਆਂ ਸੌਲੀਆਂ ਗੱਲਾਂ ਬੇਲੀ ਮਿੱਤਰ ਕਾਹਦੇ ਹੁਣ 2-4 ਹੀ ਹੁੰਦੇ ਆ ਹੁਣ ਤਾਂ ਕੋਈ ਹੈ ਹੀ ਨਹੀਂ ਇੰਡੀਆ ਦੇ ਵਿੱਚ ਅੱਗੇ ਵਾਸਤੇ ਇਹੀ ਟੌਪਿਕ ਉੱਥੇ ਚੱਲੀ ਗਿਆ ਵੀ ਸਾਰੇ ਨਵੇਂ ਮੁੰਡੇ ਬਾਹਰ ਅਤੇ ਚਲੋ ਵਧੀਆ ਸਾਡੀਆਂ ਪੁਰਾਣੀਆਂ ਯਾਦਾਂ ਤਾਜ਼ੀਆਂ ਹੋਣਗੀਆਂ ਮਿਲਿਆ ਏ ਕੰਮ ਕਾਰ ਕਰ ਲਿਆ ਗੱਲਾਂ ਬਾਤਾਂ ਕਰ ਲਈਆਂ ਅਤੇ ਖਾ ਪੀ ਲਿਆ ਅਤੇ ਹੁਣ ਕਰਦੇ ਹਾਂ ਥੋੜ੍ਹਾ ਟਾਈਮ ਰੈਸਟ ਹਾਂਜੀ ਉਸਤਾਦ ਜੀ ਕਿਵੇਂ ਕੀਤੀ ਰੈਸਟ ਫਿਰ ਪੂਰੀ ਕਿ ਨਹੀਂ ਅਤੇ ਪਹਿਲਾਂ ਤਾਂ ਬੱਦਲ ਸੀ ਕਣੀਆਂ ਮੀਂਹ ਜਿਹਾ ਪੈਣ ਲੱਗ ਪਿਆ ਸੀ ਅਤੇ ਹੁਣ ਥੋੜ੍ਹੀ ਧੁੱਪ ਨਿਕਲੀ ਆ ਅਤੇ ਪਹਿਲਾਂ ਤਾਂ ਗੰਦਾ ਜਿਹਾ ਸੀ ਦਿਨ ਹਾਂ ਉਹ ਤਕਣੀਆਂ ਪੈਣ ਲੱਗ ਪਈਆਂ ਸੀ ਫਿਰ ਇਹ ਸਮਾਨ ਚੱਕ ਕੇ ਅੰਦਰ ਕੀਤਾ ਲੱਡੂ ਲੁੱਡੂ ਵੱਟਦੇ ਆ ਅਤੇ ਕੜਾਈ ਥੋੜ੍ਹੇ ਦਿਨ ਪਹਿਲਾਂ ਹੀ ਚੜ੍ਹਾਤੀ ਅਤੇ ਹਜੇ ਵਿਆਹ ਹੈਗਾ 24 ਤਰੀਕ ਦਾ ਕੋਈ ਨਹੀਂ ਉਹ ਵੀ ਦਿਖਾਉਂਦੇ ਹਾਂ ਫਿਰ ਤੁਹਾਨੂੰ ਥੋੜ੍ਹਾ ਜਿਹਾ ਟਾਈਮ ਬਾਹਰ ਪਏ ਅਤੇ ਕਣੀਆਂ ਆ ਗਈਆਂ ਹੁਣ ਫਿਰ ਧੁੱਪ ਕੱਢਤੀ ਆ ਅੱਜ ਪਤਾ ਨਹੀਂ ਮਿੰਟ 'ਚ ਧੁੱਪ ਕੱਢ ਦਿੰਦਾ ਅਤੇ ਮਿੰਟ 'ਚ ਕਣੀਆਂ ਪੈਣ ਲੱਗ ਪੈਂਦੀਆਂ ਅੱਜ ਉੱਧਰ ਵੀ ਆਈ ਹੋਇਆ ਵਿਆਹ ਵਾਲਿਆਂ ਦੇ ਜਦੋਂ ਅਸੀਂ ਬਾਹਰ ਬੈਠੇ ਲੱਡੂ ਵੱਟਣ ਅਤੇ ਬਾਹਰ ਮਿੰਟ 'ਚ ਕਣੀਆਂ ਆ ਗਈਆਂ
जद अंदर कर लिया तो बहर फिर धुप हो गई हूँ पिया से मैं चंगा भला तो मिनट च छां हो गई मिनट च कणी आ गई तो हूँ मंजा अंदर लै आता तो हूँ मिनट च फिर थोड़ी जी धुप हो गई तो मौसम फिर साफ हो गया ये रंग करतार दे डरीए करतार तो सही गल पर डरता कौन कोई नहीं डरता करतार तो डरे नूं डराउंदी दुनिया जिहड़ा नक ते मारदा ओह उत्थे सही रहिंदे आ कलयुग दा जमाना वाकई सही गल आ ते बाबे नानक नूं नहीं अगलिआं ने बख्शिआ आपां कौन हां जी सही है ना बाबा जी ने इन्नीआं गल्लां कर लईआं हां आपां तां उहनां चरणां दी धूड़ नहीं धूड़ भी नहीं हां सही गल आ ते बाहर भाई पूरी हवा वगी जांदी आ ते तां 3:30 हो गए बच्चे भी आने पर हाँ मैं अगे भी कहना नवी दुनिया की परवाह नहीं करनी चाहिए चंगा चाहे माड़ा वो सब आपो अपने बंदे नूं पता होंदा कोई कमला होके गवाउंदा नहीं तो सियाणा होके जोड़दा नहीं कमला होके गवाउंदा नहीं तो सियाणा होके जोड़दा नहीं वाहेगुरु बरकतां पावे तो फिर ही जुड़दा किसी नाल ठगी धोखा करके बेईमानी करके कुछ नहीं जुड़दा जे आपका हक हलाल से मेहनत ना करा फिर ही जुड़ता फिर मैं चाह चुके आ रही हूँ है चलो कृपा चाहिए वाहेगुरु की चाह पिया मैं घटा बनी बना हाँ पीने घुट चाह मेरा तो ना अच उधरों दोपहर की रोटी भी खा ली दो तीन खा ले लड्डू तो हूँ थोड़ा जहा थले डेक जहा हो चाहिए ਇਹ ਕਿਹੜੀ ਪੜ੍ਹਾਈ ਚੱਲ ਰਹੀ ਆ ਤੁਰ ਫਿਰ ਕੇ ਹੈ ਹਾਂਜੀ ਹੈਲੋ ਫਰੈਂਡਸ ਮੈਂ ਸਾਲਪੀਤ ਤੋਂ ਦਰਪਿਤ ਕਿਵੇਂ ਤੂੰ ਭੱਜ ਗਈ ਸੀ ਨਹੀਂ ਹਾਂ ਮੈਂ ਤਾਂ ਸਟੰਡ ਦੇ ਸੀ ਕੀ ਕਰਨ ਗਿਆ ਸੀ ਕੀ ਕਰਨ ਗਿਆ ਸੀ ਕਿਵੇਂ ਪੜ੍ਹਦੀ ਆ ਇੱਕ ਵਾਰੀ ਪੜ੍ਹ ਕੇ ਵਿਖਾਇਓ ਪੜ੍ਹ ਕੇ ਵਿਖਾਇਓ ਦਿਸ ਇਜ਼ ਆਵਰ ਕਲਾਸਰੂਮ ਇਹ ਐਂ ਤੁਰੀਆਂ ਫਿਰਦੀਆਂ ਸੀ ਅਤੇ ਮੈਂ ਉੱਥੇ ਅੰਦਰ ਦੇਖੀ ਜਾਂਦਾ ਸੀ ਐਂ ਘੁੰਮ ਘੁੰਮ ਕੇ ਨਾਲੇ ਪੜ੍ਹੀ ਜਾਂਦੀਆਂ ਸੀ ਨਾਲੇ ਖੇਡੀ ਜਾਂਦੀਆਂ ਸੀ ਕਿਤਾਬਾਂ ਨਵੀਆਂ ਹੀ ਆ ਵੈਸੇ ਚਲੋ ਕਰ ਲਓ ਕਰ ਲਓ ਪੜ੍ਹ ਲਓ ਦਿਖਾ ਕੀ ਪੜ੍ਹਦੀਆਂ ਇੰਗਲਿਸ਼ ਦੀ ਚੈਪਟਰ 12 ਦੀ ਬੈਠ ਸੀ ਤੇ ਬੂਟ ਨਹੀਂ ਪਾਏ ਹੁਣ ਥੋੜ੍ਹੀ ਜਿਹੀ ਧੁੱਪ ਨਿਕਲ ਆਈ ਸੀ ਮੌਸਮ ਸਾਫ਼ ਹੋ ਗਿਆ ਸੀ ਥੋੜ੍ਹੇ ਜਿਹੇ ਬੱਦਲ ਹੈਗੇ ਇੱਧਰ ਸਾਈਡ ਬਾਕੀ ਸਾਰਾ ਕੀ ਬਣਾਤੀ ਸਬਜ਼ੀ ਅੱਜ मेरा जी करता हूं रोटियां खा लिया 5 बजे ए दिल खुश दी फेवरेट सब्जी है मैक्स है ना हाले एक दूजा लिया फुल गोभी का भी है ना वो पा देना गोभी नहीं पसंद बिच ਹੈ ਖੁਸ਼ ਉਹ ਪਸੰਦ ਆ ਪਰ ਵਿੱਚ ਹੋਰ ਹੀ ਲਾ ਅੱਛਾ ਇਹਨਾਂ ਨਾਲ ਹੀ ਖਾਂਦਾ ਅੱਜ ਦਾ ਹੁਣ ਖੇਡਾਂ ਸ਼ੁਰੂ ਪੜਾਈ ਕਰ ਲਈ ਸਾਰੀ ਹੁਣ ਪਰਸਾਂ ਨਾ ਖੇਡਣਾ ਹੈ ਪੈਸੇ ਕਿੰਨੇ ਤੇਰੇ ਪਰਸ ਚ 50 ਦੇ ਦੇ 50 ਰੁਪਏ ਬਹੁਤ ਆ ਹੈ ਅਸਾਂ ਨਕਲੀ ਯਾਰ ਮੇਰਾ ਕਹਿ ਕੇ ਆ ਜਾ ਫਿਰ ਦੁਬਾਰਾ ਅੱਛਾ ਕਹਿੰਦਾ ਤੂੰ ਭੱਜ ਹੀ ਆ 2 ਵਜੇ ਕਹਿੰਦਾ ਆ ਜਾ ਹੁਣ ਫਨ ਸ਼ਨ ਕਰ ਲਈਏ ਜਾਵਾਂ ਫਿਰ ਮੈਂ ਕਰਿਆਵਾਂ ਫਨ ਸ਼ਨ ਵਾਹ ਉਹ ਤਾਂ ਪੀਂਦੇ ਤਾਂ ਹੈ ਨਹੀਂ ਤੁਸੀਂ ਉਹ ਚੱਲ ਵਿਆਹ ਗੱਲਾਂ ਨਹੀਂ ਪੀਂਦੇ ਪੀ ਕੇ ਵੇਖ ਲੈਨੇ ਅੱਜ ਮੈਂ ਵੀ ਪੀ ਲੈਨੇ ਕਿਉਂ 5-6 ਸਾਲ ਹੋ ਗਏ ਛੱਡੀ ਨੂੰ ਨਹੀਂ ਪੀਣੀ ਅੱਛਾ ਤਾਂ 5-6 ਸਾਲ ਹੋ ਗਏ ਛੱਡੀ ਨੂੰ ਇੱਕ ਦਿਨ ਤਾਂ ਕੁਝ ਨਹੀਂ ਹੁੰਦਾ ਵਿਆਹ ਬੂਜ ਤਾਂ ਚੱਲ ਹੀ ਜਾਂਦਾ ਮਨ ਮੁੱਟਾ ਆ ਤਾਂ ਨਹੀਂ ਬੇਸ ਖਰਾਬ ਕਰਨਾ ਬੇਸ ਕੀ ਹੋ ਜਾਂਦਾ ਪੀਣ ਨਾਲ ਕੀ ਹੋ ਜਾਂਦਾ ਇੱਕ ਦਿਨ ਕੁਝ ਨਹੀਂ ਹੁੰਦਾ ਮੈਂ ਤਾਂ ਜਾਊਂਗਾ ਟਾਈਮ ਹੋਇਆ ਪਰ 5:30 ਜੀ ਬਾਰ ਬੁਰ ਖੋਲਣਾ ਫਿਰ ਤੇ ਬਾਰ ਮੈਂ ਬਾਹਰੋਂ ਲਾ ਲੂੰਗਾ ਦੋਸਤਾਂ ਦੇ ਘਰੇ ਰਹੀ ਹਾਂ ਦੋਸਤਾਂ ਦੇ ਘਰੇ ਰਹੀ ਫਿਰ ਦੋਸਤਾਂ ਦੇ ਰਹਾਂਗੇ ਆਪਣਾ ਹੀ ਸਾਰਾ ਮਿੱਤਰਾਂ ਦਾ ਘਰ ਹੀ ਆ ਤੇ ਵੀ ਫਿਰ ਬਾਹਰ ਨੂੰ ਕਿਉਂ ਟਿੱਕੀ ਖਾਦੇ ਵਾਲਾ ਇੱਥੇ ਅਲਾਉਡ ਨਹੀਂ ਕਿਉਂ ਅਲਾਉਡ ਕਿਉਂ ਨਹੀਂ ਅਸੀਂ ਆਪਦਾ ਥੱਲੇ ਪੈ ਜਾਾਂਗੇ ਤੁਸੀਂ ਤਾਂ ਜਾ ਕੇ ਪੈ ਜਿਓ ਸਾਡਾ ਬਾਬੇ ਦਾ ਇੱਥੇ ਘਰ ਤੇ ਤੁਸੀਂ ਤਾਂ ਪੈ ਜਾਣਾ ਬਾਬੇ ਵਾਲੇ ਮੈਂ ਇੱਥੇ ਥੱਲੇ ਪੈ ਜਾਵਾਂ ਇਹ ਵੀ ਥੱਲੇ ਵੀ ਸਾਡਾ ਹੀ ਆ ਅਸੀਂ ਕਿਤੇ ਵੀ ਨਹੀਂ ਪੈ ਤੇ ਕੋਈ ਨਹੀਂ ਮੈਨੂੰ ਇੱਥੇ ਜਗ੍ਹਾ ਦੇ ਦਿਓ ਮਾੜੀ ਮੋਟੀ ਪਰ ਮੈਂ ਆਪਦੇ ਬੇਲੀਆਂ ਘਰੇ ਪੈ ਜਾਵਾਂ ਮੈਨੂੰ ਘਰ ਬਥੇਰੇ ਮੈਨੂੰ ਬਥੇਰੇ ਘਰ ਸਾਰਾ ਪਿੰਡ ਮਿੱਤਰਾਂ ਦੇ ਜਿੱਥੇ ਮਰਜ਼ੀ ਪੈ ਜਾਵਾਂ ਗੱਲਾਂ ਕਰਦੀ ਫਿਰਦੀ ਹੈਂ ਮੈਂ ਤਾਂ ਵਿਆਹ ਕਰਨਾ ਪੂਰਾ ਇੰਜੋਏ ਹੈ ਫਨ ਹੋ ਫਨ ਆਹ ਤਾਂ ਵਿਆਹ ਹੀ ਵੇਖਣਾ
ਖੰਡ ਪਾਠ ਸਾਹਿਬ ਤੇ ਉਧਰ ਜਾਣੇ ਆ ਬਈ ਕਹਿ ਕੇ ਗਏ ਆ ਜਾਣਾ ਤਾਂ ਬਣਦਾ ਹੀ ਦੁਰਗਾ ਬਚਨ ਮੋਹ ਕਰਮ ਬਦ ਪਾਈ ਗੁਰਪੂਰੈ ਮੇਰੀ ਬੈਰ।